ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਚੜ੍ਹਦੀ ਕਲਾ, ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਆ। ਲਓ ਜੀ ਮੁੰਡਿਓ, ਫਿਰ ਕਈ ਦਿਨਾਂ ਬਾਅਦ ਲੈ ਕੇ ਬਲੌਗ ਹਾਜ਼ਰ ਹਾਂ ਜੀ ਆਪਾਂ। ਅਤੇ ਬਲੌਗ ਦਾ ਬਾਬਿਓ ਮਨ ਜਾ ਨਹੀਂ ਕਰਦਾ ਬਣਾਉਣ ਨੂੰ, ਕਿਉਂਕਿ ਇੱਕੋ ਚੀਜ਼ ਆਪਾਂ ਰੋਜ਼ ਦਿਖਾਈ ਜਾਈਏ ਨਾ, ਤੁਸੀਂ ਵੀ ਬੋਰ ਹੋਵੋਗੇ ਅਤੇ ਆਪਾਂ ਵੀ ਬੋਰ ਹੋਵੋਗੇ। ਪਰ ਬਾਬਿਓ, ਦੋ ਤਿੰਨ ਬਾਈਆਂ ਦੇ ਮੈਸੇਜ ਆਏ ਪਿੱਛੋਂ ਕਿ ਯਾਰ ਵੀਡੀਓ ਨਹੀਂ ਆ ਰਹੀ ਹੈ, ਵੀਡੀਓ ਨਹੀਂ ਆ ਰਹੀ, ਕੀ ਗੱਲ? ਬਾਈ ਕੋਈ ਚੱਕਰ ਨਹੀਂ ਹੈਗਾ, ਆਪਾਂ ਠੀਕ ਠਾਕ ਹਾਂ, ਵਧੀਆ, ਬਾਬੇ ਦੀ ਕਿਰਪਾ। ਅਤੇ ਵੀਡੀਓ ਬਸ ਵੈਸੇ ਨਹੀਂ ਆ ਰਹੀ, ਕਿਉਂਕਿ ਇੱਕੋ ਚੀਜ਼ ਆਪਾਂ ਰੋਜ਼ ਨਹੀਂ ਦਿਖਾਉਣਾ ਚਾਹੁੰਦੇ, ਕਿਉਂਕਿ ਆਪਾਂ ਰੋਜ਼ ਕੰਟੀਨਿਊ ਕਰ ਰਹੇ ਹਾਂ, ਇੱਕੋ ਚੀਜ਼ ਆ ਜਾ ਰਹੇ ਹਾਂ, ਕਿਤੇ ਬਾਹਰ ਦਾ ਆਪਣਾ ਚੱਕਰ ਲੱਗ ਨਹੀਂ ਰਿਹਾ ਬਾਬਿਓ, ਨਾ ਮੌਕਾ ਲੱਗ ਰਿਹਾ ਹੈ। ਚਲੋ ਆਪਾਂ ਡੇਲੀ ਵਲੌਗ ਜਿਹੜਾ ਆਪਣਾ ਚੱਲਦਾ ਸੀਗਾ ਕੰਟੀਨਿਊ ਕਰਦੇ ਹਾਂ, ਅਤੇ ਤੁਹਾਨੂੰ ਦਿਖਾ ਦਾਂਗੇ ਬਾਬਿਓ ਇਹੀ ਵਾਲਾ ਸੌਦਾ ਜਿਹੜਾ ਆਪਾਂ ਰੋਜ਼ ਕਰ ਰਹੇ ਹਾਂ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਬਾਬਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਚਲੋ ਜੀ ਫਿਰ ਕਰਦੇ ਹਾਂ ਕੰਟੀਨਿਊ ਵੀਡੀਓ ਲੈ ਕੇ ਰੱਬ ਦਾ ਨਾਮ। ਚਲੋ ਜੀ ਫਿਰ, ਵਿਜੇ ਕੁਮਾਰ ਪ੍ਰਜਾਪਤ। ਚਲੋ ਜੀ ਮੁੰਡਿਓ, ਹੁਣ ਥੋੜ੍ਹਾ ਜਿਹਾ ਗੱਡੀ ਕਰਿਆ ਵਾ ਸਟਾਰਟ, ਮੈਂ ਫਿਰ ਆਪਾਂ ਜਾਣਾ ਸਿਟੀ, ਇੱਕ ਅੱਧਾ ਕੰਮ ਆ ਹੋ ਨਿਬੇੜਿਆ ਵਾ, ਫਿਰ ਮਿਲਦੇ ਹਾਂ ਜੀ। ਪਹਿਲੀ ਸਲਫ ਤੇ ਸਟਾਰਟ ਹੋਣ ਲੱਗੀ ਬਾਬਿਓ, ਮੌਸਮ ਦਾ ਫਰਕ ਪੈ ਗਿਆ, ਸਰਦੀ ਜਗ੍ਹਾ ਬਹੁਤ ਤੰਗ ਕੀਤਾ। ਇਹ ਡੀਜ਼ਲ ਗੱਡੀਆਂ ਨਾ ਜਿੰਨੀ ਵੀ ਬਾਬਿਓ, ਸਰਦੀ ਜਗ੍ਹਾ ਬਹੁਤ ਦਿੱਕਤ ਹੁੰਦੀ ਆ ਬਾਬਿਓ ਗੱਡੀ ਸਟਾਰਟ ਕਰਨੀ, ਅਤੇ ਇੱਧਰ ਲੱਗਦੀਆਂ ਬਾਬਿਓ ਨੰਬਰ ਪਲੇਟਾਂ ਗੱਡੀਆਂ ਦੇ ਨਵੀਂ, ਉਹ ਮੁੰਡਾ ਲਾਉਂਦਾ ਨਵੀਂ ਲੰਬੀ ਨੰਬਰ ਪਲੇਟ। ਲਓ ਜੀ ਮੁੰਡਿਓ, ਕਰਤੀ ਆਪਾਂ ਗੱਡੀ ਸਟਾਰਟ, ਅਤੇ ਹੁਣ ਚੱਲੀਏ ਸਿਟੀ, ਥੋੜ੍ਹਾ ਜਿਹਾ ਕੰਮ ਆ। ਸਿਟੀ ਵਾਲਾ ਕੰਮ ਹੋ ਗਿਆ, ਅਤੇ ਚੱਲੀਏ ਹੁਣ ਵਾਪਸ ਆਪਣੇ ਟਿਕਾਣੇ 'ਤੇ, ਅਤੇ ਫਿਰ ਮਿਲਦੇ ਹਾਂ ਬਾਬਿਓ।
ਮੁੰਡਿਓ ਕਹਿੰਦੇ ਕੌਣ ਆ ਗਿਆ ਕਹਿੰਦੇ ਪ੍ਰੀਤ ਬੜੌਲਾ ਆ ਗਿਆ ਮਾਰ ਚੱਲੀਏ ਬਾਬਿਓ ਪ੍ਰੀਤ ਬੜੌਲਾ ਦੇ ਕੋਲ ਤੇ ਦੋ ਚਾਰ ਗੱਲਾਂ ਕਰਦੇ ਹਾਂ ਪ੍ਰੀਤ ਬੜੌਲਾ ਲਓ ਜੀ ਮੁੰਡਿਓ ਫਿਰ ਕਰੋ ਦਰਸ਼ਨ ਪ੍ਰੀਤ ਬੜੌਲਾ ਦੇ ਨਾਲ ਕੀ ਹਾਲ ਚਾਲ ਹੈ ਕਹਿੰਦੇ ਹੋ ਕਿਆ ਦੇਵੋ ਹੈ ਹੋਰ ਫਿਰ ਕਿਆ ਬਣ ਰਿਹਾ ड्यूटी वा है भाई क्या करे करा रेल चलाए करा भाई तो है अच्छा लो जी मुंडियो लाइसेंस दी ट्रेनिंग होंदे हुए अब मुंडा हो गया फैल इन्नी दूर रखे हुए हैं बाबियो फिर नहीं होया पास इत्थे हुंदी है लाइसेंस दी ट्रेनिंग फैल हो गया बंदा लो जी मुंडे हूँ आ गया दूजा देखो फिर लो जी मुंडे आंटी जी आती हुई एक्टिवा से दिखा तो सही कहते पाई तने जेब भाई पिछली वो दब गई ओडी साले दब जूंगी उपर बैठ के दो धार्मिक बंदा है धार्मिक देखो बाबे उब्बिया दी फोटो पूरी लाई हुई है विजय प्रजापत चौकीदार ने धार्मिक बंदा पूरा हूँ भी प्रवचन सुन रहा है कि सुन रहा वीडियो देख रहा पीके पीके भी तो फिर धार्मिक फिल्म चल ठीक है फौजी साहब का ब्याह मार दे मुंडे पांच बज गए तो चलिए हम पिंड अटेंडेंस ला लीए आप अटेंडेंस ला के चलते हैं घर बोल तो बोलेगा तो मैं थोड़ी बोलूंगा जो पैप कहाँ दिला यार अच्छा पर लावे जो शीशे शूशे तो लगे नहीं फिर यार कल शनिवार आ गए छुट्टी वाले दिन करा पूरा कम है वैसे वधिया बन गया कैबन बन गए ना
ਇੱਕੇ ਕਮਰੇ 'ਚ ਕਈ ਕਮਰੇ ਨਿਕਲੇ ਸਕੀਮੀ ਤਾਂ ਪੂਰੇ ਆ ਮਰ ਜਾਣੇ ਤਾਂ ਮੈਂ ਨਹੀਂ ਸਕੀਮਾਂ ਲਾ ਰਹੇ ਹਾਂ ਬੈਠੇ ਬੈਠੇ ਫੌਜੀ ਸਾਹਿਬ ਦਿਖ ਨਹੀਂ ਰਹੇ ਉਰੇ ਦੇ ਫੌਜੀ ਸਾਹਿਬ ਦਿਖ ਰਹੇ ਹੈ ਥੋੜ੍ਹੇ ਥੋੜ੍ਹੇ ਦਿਖ ਰਹੇ ਹੈ ਜ਼ਿਆਦਾ ਨਹੀਂ ਦਿਖਦੇ ਨਾ ਮਸਤ ਹੋ ਰਿਹਾ ਫੌਜੀ ਸਾਹਿਬ ਪਿੰਡ ਪਹੁੰਚ ਗਏ ਆਪਾਂ ਅਤੇ ਸ਼ਾਮਾਂ ਪੈ ਚੁੱਕੀਆਂ ਨੇ ਹਨੇਰਾ ਹੋ ਗਿਆ ਬਾਬਿਓ ਅਤੇ ਅੱਜ ਵਾਲਾ ਬਲੌਗ ਬਾਬਿਓ ਇੱਥੇ ਹੀ ਐਂਡ ਕਰੀਏ ਜਾਂ ਕੰਟੀਨਿਊ ਰੱਖੀਏ ਦੇਖਦੇ ਹਾਂ ਬਾਬਿਓ ਜੇ ਤਾਂ ਛੋਟਾ ਜਿਹਾ ਬਣਿਆ ਤਾਂ ਫਿਰ ਕੱਲ੍ਹ ਵਾਲਾ ਬਲੌਗ ਵਿੱਚੇ ਜੋੜ ਜਾਵਾਂਗੇ ਨਹੀਂ ਇਹ ਵਾਲਾ ਲੈਦਾ ਪਾ ਦੇਵਾਂਗੇ ਆਪਾਂ ਅਤੇ ਬਾਕੀ ਖਿੱਤਾ ਖੁੱਤਾਂ ਦੇ ਜਾਣੇ ਦਾ ਟਾਈਮ ਨਹੀਂ ਹੈਗਾ ਬਾਬਿਓ ਹਨੇਰਾ ਹੋ ਗਿਆ ਅਤੇ ਸਰੋਂ ਆਪਣੀ ਵਢਾਈ ਹੋ ਗਈ ਚਾਲੂ ਸਰੋਂ ਨਹੀਂ ਕਹਿ ਕੇ ਗਿਆ ਸਾਂ ਮੈਂ ਦਿਆ ਸਿੰਘ ਨੂੰ ਦਿਆ ਸਿੰਘ ਲੱਗ ਗਿਆ ਅਤੇ ਕਿਆਰਾ ਕਦਾ ਵੱਢ ਗਏ ਇੱਕ ਸਰੋਂ ਦਾ ਅਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਬਾਬਿਓ ਅਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਦੀ ਵੀਡੀਓ ਆਉਣੀ ਚਾਹੀਦੀ ਆ ਅਤੇ ਚਲੋ ਜੀ ਫਿਰ ਕਰਦੇ ਹਾਂ ਵਲੌਗ ਦਾ ਐਂਡ ਅਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ।